ਜਿਵੇਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕੀਮਤਾਂ ਦੀ ਗੱਲ, ਤੁਹਾਨੂੰ ਲੱਗਦਾ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਪੈਟਰੋਲ ਡੀਜ਼ਲ ਦੀ ਕੀਮਤਾਂ ਦੇ ਬੈਠ ਸੋ ਮੈਂ ਇਹ ਗੱਲ ਕਹੂੰਗਾ ਵੀ ਇਹ ਪਹਿਲਾਂ ਆਪਣੀ ਪੀੜ੍ਹੀ ਹੇਠ ਕਾਂਗਰਸ ਵਾਲੇ ਸੋਟਾ, ਫਿਰ ਰਾਹੁਲ ਗਾਂਧੀ ਤੇ ਇਹਨਾਂ ਦੇ ਜਿੰਨੇ ਸੀਨੀਅਰ ਲੀਡਰ ਹੈਗੇ ਆ ਕਾਂਗਰਸ ਦੇ, ਜਿਹੜੇ ਜਿਹੜੇ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ, ਇੱਥੇ ਕਿਉਂ ਨਹੀਂ ਇਹ ਜਿਹੜਾ ਉਹਦੇ 'ਤੇ ਵੈਟ ਵਗੈਰਾ ਕਿਉਂ ਨਹੀਂ ਘੱਟ ਕਰਦੇ? ਸੂਬਾ ਸਰਕਾਰਾਂ ਕਾਂਗਰਸ ਪਾਰਟੀ ਦੀਆਂ ਜਿੱਥੇ ਜਿੱਥੇ ਹੈਗੀਆਂ ਪਹਿਲਾਂ ਉਹ ਆਪਣਾ ਟੈਕਸ ਘੱਟ ਕਰਨ, ਜਿਹੜਾ ਸਟੇਟ ਟੈਕਸ ਆ, ਅਤੇ ਫਿਰ ਉਹ ਅੰਦੋਲਨ ਕਰਨ, ਫਿਰ ਮੰਨਾਂਗੇ ਵੀ ਇਹ ਸਹੀ ਅੰਦੋਲਨ ਹੈਗਾ। ਇਹ ਤਾਂ ਐਵੇਂ ਬੋਂਗਲੋਂ ਤੋਂ ਮਿੱਟੀ ਝੜਦਾ, ਸਿਰਫ ਨਿਰੋਲ ਰਾਜਨੀਤੀ 2019 ਦੀ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਾਰਾ ਕੁਛ ਹੋ ਰਿਹਾ।